ਪੰਜਾਬ ਸਰਕਾਰ ਦੇ ਕਰਫਿਊ ਦੇ ਹੁਕਮਾਂ ਤੋਂ ਬਾਅਦ ਜਲਾਲਾਬਾਦ ਵਿੱਚ ਬੰਦ ਪਈਆਂ ਦੁਕਾਨਾਂ ਦੀਆਂ ਦੇਖ ਸਕਦੇ ਹੋ ਤਸਵੀਰਾਂ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਨਾਟਾ ਸਾਇਆ ਹੈ ਕਰਫਿਊ ਦੇ ਹੁਕਮਾਂ ਤੋਂ ਬਾਅਦ। ਹਰ ਵਕਤ ਭੀੜ ਭਾੜ ਨਾਲ ਖਚਾ ਖਚ ਦਿਖਾਈ ਦੇਣ ਵਾਲੇ ਬਾਜ਼ਾਰ ਕਰਫਿਊ ਕਾਰਨ ਪਏ ਹਨ ਸੁੰਨੇ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਇਕੱਠ ਰੋਕਣ ਲਈ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜਲਾਲਾਬਾਦ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਨਕ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੇ ਨਾਲ ਨਾਲ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ। ਇਸ ਮੌਕੇ ਥਾਣਾ ਸਿਟੀ ਦੇ ਮੁਖੀ ਅਮਰਿੰਦਰ ਸਿੰਘ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਰਫਿਊ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਾਲਾਬਾਦ ਨੂੰ ਪੂਰਨ ਰੂਪ ਵਿੱਚ ਬੰਦ ਕਰਵਾ ਦਿੱਤਾ ਗਿਆ ਹੈ। ਸਰ, ਜੋ ਸਰਕਾਰ ਵੱਲੋਂ ਕਰਫਿਊ ਦੇ ਆਦੇਸ਼ ਜਾਰੀ ਹੋਏ ਉਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਮੇਨਟੇਨ ਕਰ ਰਹੇ ਹੋ? ਸਰਕਾਰ ਵੱਲੋਂ ਜੀ ਪੰਜਾਬ ਦੇ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ, ਉਹ ਦਿਨ ਬਿਨ ਪਾਲਣਾ ਕੀਤੀ ਜਾਏਗੀ, ਲੋਕਾਂ ਨੂੰ ਆਪਣੇ ਆਪਣੇ ਘਰਾਂ 'ਚ ਭੇਜਿਆ ਜਾ ਰਿਹਾ। ਹੁਣੇ ਤੁਰੰਤ ਹੁਕਮ ਆਇਆ ਹੈਗਾ, ਬਹੁਤ ਛੇਤੀ ਸਾਰਾ ਸ਼ਹਿਰ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਭੇਜ ਦਿੱਤਾ ਜਾਏਗਾ। ਕਿੰਨੇ ਕੁ ਸ਼ਹਿਰ ਦੇ ਲੋਕਾਂ ਨੇ ਜਿਹੜੇ ਆਪੋ ਆਪਣੇ ਕਾਰੋਬਾਰ ਬੰਦ ਕਰਕੇ? ਕਾਰੋਬਾਰ ਲੋਕਾਂ ਨੇ ਬਿਲਕੁਲ ਬੰਦ ਕੀਤੇ ਹੋਏ ਆ ਜੀ। ਸਵੇਰ ਦੇ 11 ਵਜੇ ਤੱਕ ਉਹਨਾਂ ਨੂੰ ਇਜਾਜ਼ਤ ਸੀਗੀ, ਉਸ ਤੋਂ ਬਾਅਦ ਕਾਰੋਬਾਰ ਬਿਲਕੁਲ ਬੰਦ ਸੀਗੇ। ਹੁਣ ਜਿਹੜੇ ਲੋਕ ਸੜਕਾਂ 'ਤੇ ਫਿਰਦੇ ਇਹਨਾਂ ਨੂੰ ਘਰ ਭੇਜ ਰਹੇ ਹਾਂ। ਠੀਕ, ਮੈਂ ਤਾਂ ਹਾਲੇ ਤੱਕ ਕੁਛ ਲੋਕਾਂ ਨੂੰ ਪਤਾ ਨਹੀਂ ਲੱਗਿਆ, ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਤੱਕ ਸਰਕਾਰ ਦੇ ਹੁਕਮ ਪਹੁੰਚਾ ਰਹੇ। ਅਵੇਅਰਨੈਸ ਫੈਲਾ ਰਹੇ ਹਾਂ ਜੀ, ਉਹਨਾਂ ਨੂੰ ਦੱਸ ਰਹੇ ਹੈਗੇ ਹਾਂ ਕਿ ਕਰਫਿਊ ਲੱਗ ਚੁੱਕਿਆ, ਆਪਣੇ ਘਰਾਂ 'ਚ ਜਾਓ, ਜਲਦੀ ਸਾਰਾ ਸ਼ਹਿਰ ਦਾ ਕਲੋਜ਼ ਕਰ ਦਿੱਤਾ ਜਾਏਗਾ। ਥੈਂਕ ਯੂ। ਜਲਾਲਾਬਾਦ ਤੋਂ ਹਰਪ੍ਰੀਤ ਮਹਿਮੀ ਦੀ ਰਿਪੋਰਟ।